ਇੱਥੇ ਭੂਤ ਬੰਨੇ ਹੋਏ ਨੇ, ਭੂਤ ਆਤਮਾ ਬੰਨੀ ਹੋਈਆਂ ਨੇ ਇੱਥੇ। ਇਸ ਬੇਰੀ ਤੇ ਥੱਲੇ ਨਾਰ ਸਿੰਘ ਰਾਕਸ਼ ਰਹਿੰਦਾ ਹੁੰਦਾ ਸੀ ਜੀ, ਜਿਹਨੂੰ ਬਾਬਾ ਜੀ ਨੇ ਆਪਣੀ ਸ਼ਕਤੀ ਦੁਆਰਾ ਕੀਲ ਕੇਤ ਪਿੰਜਰੇ ਚ ਪਾ ਕੇ ਗੁਰਦੁਆਰਾ ਰਾਕਸ਼ ਇੱਥੇ ਕਾਬੂ ਕੀਤਾ ਸੀ ਇਸ ਬੇਰੀ ਦੇ ਥੱਲੇ। ਅੱਛਾ, ਇਸ ਬੇਰੀ ਦੇ ਥੱਲੇ ਪਹਾੜ ਦੇ ਉੱਤੇ ਹੈਗਾ ਇਹ। ਦੋਸਤੋ, ਅੱਜ ਆਪਾਂ ਜਾ ਰਹੇ ਹਾਂ ਡੇਰਾ ਬਾਬਾ ਵਡਭਾਗ ਸਿੰਘ ਜੀ, ਜੋ ਕਿ ਹਿਮਾਚਲ ਉਨਾ ਵਿੱਚ ਸਥਿਤ ਹੈ, ਪਹਾੜਾਂ ਵਿੱਚ। ਇੱਥੇ ਮੰਨਿਆ ਜਾਂਦਾ ਵਾ ਕਿ ਜੋ ਭੂਤ ਪ੍ਰੇਤ ਆਤਮਾ ਦੇ ਨਾਲ ਗ੍ਰਸਤ ਬੰਦਾ ਹੁੰਦਾ ਵਾ ਜਾਂ ਜਿਹਨੂੰ ਕੋਈ ਕਸਰ ਹੁੰਦੀ ਹੈ, ਉਹ ਇੱਥੇ ਆ ਕੇ ਉਹਦਾ ਇਲਾਜ ਹੋ ਜਾਂਦਾ, ਭੂਤ ਪ੍ਰੇਤ ਨਿਕਲ ਜਾਂਦਾ। ਅਤੇ ਉਹ ਜਗ੍ਹਾ 'ਤੇ ਵੀ ਲੈ ਕੇ ਜਾਵਾਂਗੇ ਤੁਹਾਨੂੰ ਜਿੱਥੇ ਮੰਨਿਆ ਜਾਂਦਾ ਕਿ ਭੂਤ ਕੈਦ ਹੋ ਜਾਂਦਾ। ਅਤੇ ਇੱਕ ਬਾਬਾ ਜੀ ਨਾਲ ਵੀ ਗੱਲ ਕਰਾਵਾਂਗੇ ਤੁਹਾਡੀ, ਇੰਟਰਵਿਊ, ਉਹ ਵੀ ਇੱਥੇ ਦੇ ਇਤਿਹਾਸ 'ਤੇ ਚਾਨਣ ਪਾਉਣਗੇ। ਔਰ ਯਹਾਂ ਇੱਕ ਰਾਕਸ਼ਸ ਰਹਿਤਾ ਥਾ ਜਿਸਕੋ ਯਹਾਂ ਕੈਦ ਕੀਆ ਥਾ, ਕਾਬੂ ਕੀਆ ਥਾ, ਇਸ ਰੋਚਕ ਕਹਾਣੀ ਕੇ ਬਾਰੇ ਮੈਂ ਆਪਕੋ ਇਸ ਵੀਡੀਓ ਮੈਂ ਪਤਾ ਚਲੇਗਾ। ਤੋ ਦੋਸਤੋ, ਸੂਰਜ ਕੀ ਪਹਿਲੀ ਕਿਰਨ ਕੇ ਸਾਥ ਸਵਾਗਤ ਹੈ ਆਪਕਾ ਸਿੰਘ ਵਲੌਗਸ ਮੇਂ। ਵੈਸੇ 10 ਵੱਜ ਗਏ, ਸੂਰਜ ਦੀ ਪਹਿਲੀ ਕਿਰਨ ਨਹੀਂ ਰਹਿ ਗਈ। ਰਸਤੇ ਵਿੱਚ ਆਪਾਂ ਪਹਾੜਾਂ ਦੇ ਲੋਕੇਸ਼ਨ 'ਤੇ ਜਾ ਕੇ ਮਿਲਦੇ ਹਾਂ। ਹਾਂਜੀ ਦੋਸਤੋ, ਵੈਲਕਮ ਬੈਕ ਟੂ ਸਿੰਘ ਵਲੌਗਸ, ਕੀ ਹਾਲ ਚਾਲ ਸਾਰਿਆਂ ਦਾ। ਦੋਸਤੋ, ਅੱਜ ਆਪਾਂ ਆ ਗਏ ਹਾਂ ਬਾਬਾ ਵਡਭਾਗ ਸਿੰਘ ਜੀ, ਇੱਥੇ ਦਾ ਕੀ ਇਤਿਹਾਸ ਆ ਤੁਹਾਨੂੰ ਉਹ ਦੱਸਾਂਗੇ। ਬਹੁਤ ਵਧੀਆ ਇੱਕ ਸਟੋਰੀ ਆ ਇਤਿਹਾਸ, ਅਤੇ ਕਿਸੇ ਨਾਲ ਗੱਲ ਵੀ ਕਰਾਵਾਂਗੇ। ਅਤੇ ਲੋਕੇਸ਼ਨ ਦੇਖਿਓ ਕਿੰਨੀ ਵਧੀਆ ਵਾ, ਜੋ ਇੱਕ ਕਹਿ ਦਿੰਦੇ ਆ ਜਿਹਨੂੰ ਕਸਰ ਹੋਈ ਹੁੰਦੀ ਆ, ਉਹ ਵੀ ਇੱਥੇ ਬਹੁਤ ਆਉਂਦੇ ਆ, ਜਿਵੇਂ ਭੂਤ ਪਾਤ, ਭੂਤਾਂ ਨੂੰ ਇੱਥੇ ਕਿਵੇਂ ਪੇੜ ਦੇ ਉੱਤੇ ਬੰਨ ਕੇ ਰੱਖਿਆ ਗਿਆ ਵਾ, ਕੁਛ ਇੱਦਾਂ ਵੀ ਕਿਹਾ ਜਾਂਦਾ ਵਾ। ਪੂਰੀ ਗੱਲ ਤੁਹਾਨੂੰ ਸੁਣਾਵਾਂਗੇ ਕਿਸ ਨਾਲ ਗੱਲ ਕਰਕੇ, ਅਤੇ ਕਿਹੜਾ ਦੋਸਤ ਆ ਚੁੱਕਿਆ ਵਾ ਉਹ ਵੀ ਦੱਸ ਸਕਦਾ ਵਾ। ਤਾਂ ਜੀ ਦੋਸਤੋ, ਆਪਾਂ ਥੱਲੇ ਜਾ ਰਹੇ ਹਾਂ, ਉੱਥੇ ਵਾਟਰਫਾਲ ਆ, ਕੀ ਕਹਿੰਦੇ ਭਾਅ ਜੀ ਉਹਨੂੰ? ਉਹਨੂੰ ਕਹਿੰਦੇ ਆ, ਪਹਿਲਾਂ ਤਾਂ ਸਾਡੇ ਕੋਲ ਅੱਜ ਭਾਅ ਜੀ ਹੁਣੀ ਆਏ, ਬਾਬਾ ਵਡਭਾਗ ਸਿੰਘ ਦੇਖਣਾ ਸੀ ਭਾਅ ਜੀ ਹੁਣਾਂ ਨੇ। ਬਾਬਾ ਜੀ ਅੱਜ ਚਰਨ ਗੰਗਾ ਆ ਗਏ ਆਪਾਂ ਇੱਥੇ, ਆਹ ਦੇਖੋ ਚਰਨ ਧੋਲੀ ਧਾਰ ਜਿਹਨੂੰ ਬੋਲਦੇ ਆ, ਹਾਂ ਤੇਰਾ ਬਾਬਾ ਵਡਭਾਗ ਸਿੰਘ ਜੀ ਦੀ। ਤਾਂ ਹੁਣ ਆਪਾਂ ਚਰਨ ਗੰਗਾ ਵਾਲੀ ਸਾਈਡ ਜਾ ਰਹੇ ਹਾਂ, ਉੱਥੇ ਦੋਸਤੋ ਕਿਹਾ ਜਾਂਦਾ ਵਾ ਜਿਹੜਾ ਵਾਟਰਫਾਲ ਜਿਹਾ ਵਾ, ਬਈ ਜਿਹੜਾ ਉੱਥੇ ਇਸ਼ਨਾਨ ਕਰ ਲਿਆ ਜਿਹਨੇ, ਉਹਦੇ ਅੰਦਰ ਜੇ ਕੋਈ ਭੂਤ ਹੋਊਗਾ ਤਾਂ ਉਹ ਨਿਕਲ ਜੂਗਾ, ਇੱਦਾਂ ਵੀ ਕਿਹਾ ਜਾਂਦਾ। ਅਤੇ ਦੂਜੇ ਪਾਸੇ ਇਹ ਵੀ ਕਿਹਾ ਜਾਂਦਾ ਕਿ ਉਹ ਉੱਥੇ ਨਹਾਉਣਾ ਬਹੁਤ ਜ਼ਰੂਰੀ ਆ, ਤਾਂ ਦੇਖ ਲਿਓ ਬਾਈ ਜੇ ਤਾਂ ਤੁਹਾਡੇ ਅੰਦਰ ਭੂਤ ਹੋਊਗਾ ਤਾਂ ਇਸ਼ਨਾਨ ਕਰਕੇ ਦੇਖ ਲਿਓ, ਖਬਰ ਆ ਕਿਤੇ ਨਿਕਲੇ ਨਾ ਆਵੇ, ਹੈ ਨਾ। ਤੁਸੀਂ ਨਹਾਉਣਾ ਉਸ ਵੇਲੇ? ਠੰਡ ਬੜੀ ਆ ਯਾਰ, ਮੈਂ ਤਾਂ ਆਪ ਨਹੀਂ ਨਹਾਉਣਾ। ਚਲੋ ਦਿਖਾਵਾਂਗੇ ਜਾ ਕੇ, ਥੱਲੇ ਨੂੰ ਆ ਗਏ ਆਪਾਂ ਕਿਤੇ। ਤੁਸੀਂ ਦੇਖ ਸਕਦੇ ਦੋਸਤੋ, ਪਹਾੜੀ ਏਰੀਆ ਵਾ, ਧੌਲੀਦਾਰ ਆ ਗਿਆ ਦੋਸਤੋ, ਇਹ ਧੌਲੀਦਾਰ। ਆਹ ਦੇਖੋ ਕਰਾਊਡ ਹੈਗਾ ਥੋੜ੍ਹਾ ਜਿਹਾ, ਜ਼ਿਆਦਾ ਨਹੀਂ ਹੈਗਾ, ਪਹਾੜੀ ਏਰੀਆ ਵਾ। ਇੱਥੇ ਸਟੋਰੀ ਸੁਣਾਉਂਦੇ ਹਾਂ ਦੋਸਤੋ ਤੁਹਾਨੂੰ। ਦੋਸਤੋ, ਸਭ ਤੋਂ ਪਹਿਲਾਂ ਲੋਕ ਇੱਥੇ ਜਾ ਕੇ ਨਹਾਉਂਦੇ ਆ, ਜਿਹੜਾ ਉਹ ਝਰਨਾ ਜਿਹਨੂੰ ਧੌਲੀਦਾਰ ਕਹਿੰਦੇ ਨੇ, ਉੱਤੋਂ ਤਾਰ ਗਿਰਦੀ ਆ। ਅਸੀਂ ਉਸ ਝਰਨੇ ਦਾ ਪਾਣੀ ਪੀ ਜੂਰ ਲਿਆ ਸੀ ਥੋੜ੍ਹਾ ਜਿਹਾ, ਪਰ ਨਾਤੇ ਨਹੀਂ। ਆ ਦੇਖੋ ਦੋਸਤੋ, ਇਹ ਜਾਂਦੀ ਸਿੱਧਾ ਝਰਨੇ ਨੂੰ, ਫਿਰ ਉਸ ਤੋਂ ਬਾਅਦ ਆਉਂਦੇ ਆ ਇਸ ਜਗ੍ਹਾ 'ਤੇ
ਇੱਥੇ ਅਗਨੀ ਬਲਦੀ ਹੈ। ਦੇਖੋ ਦੋਸਤੋ ਨਹਾ ਕੇ ਨਾ ਉੱਥੇ ਫਿਰ ਇੱਥੇ ਨੂੰ ਜਾਂਦੇ ਆ, ਇੱਥੇ ਦਰਬਾਰ ਆ ਕੋਈ, ਇੱਥੇ ਜਾਂਦੇ ਆ, ਇੱਥੇ ਧੂਫ ਬੱਤੀ ਲੱਗੀ ਹੈ। ਇੱਥੇ ਕਿਹਾ ਜਾਂਦਾ ਇੱਥੇ ਬੰਨੇ ਹੋਏ ਨੇ, ਆਹ ਦੇਖੋ ਨਾ ਇੱਥੇ ਭੂਤ ਬੰਨੇ ਹੋਏ ਨੇ, ਭੂਤ ਆਤਮਾ ਬੰਨੀ ਹੋਈ ਨੇ ਇੱਥੇ ਭੂਤ। ਆਇਓ ਆਇਓ, ਅਤੇ ਧੂਫ ਬੱਤੀ ਵੀ ਹੋਈ ਹੋਈ ਹੈ, ਅਤੇ ਇੱਥੇ ਚਿਮਟੇ ਵੀ ਵੱਜਦੇ ਆ, ਅਤੇ ਅਰਦਾਸ ਵੀ ਜੇ ਕਰਵਾਉਣੀ ਆ ਉਹ ਵੀ ਕਰਾ ਸਕਦੇ ਹੋ। ਅਤੇ ਇੱਥੇ ਸਾਨੂੰ ਪਰਮਿਸ਼ਨ ਵੀ ਮਿਲ ਗਈ ਸੀ ਵੀਡੀਓ ਬਣਾਉਣ ਦੀ, ਅਸੀਂ ਫੋਨ ਕੀਤਾ ਸੀ, ਜੋ ਇੱਥੇ ਹੈੱਡ ਮਹੰਤ ਜੀ ਹੈਗੇ ਨੇ ਉਹ ਸਾਡੇ ਦੋਸਤ ਨੂੰ ਜਾਣਦੇ ਸੀਗੇ, ਲੇਕਿਨ ਉਹ ਤਾਂ ਇੱਥੇ ਹੈ ਨਹੀਂ ਸੀ, ਅਤੇ ਜਿਹਨੇ ਇੰਟਰਵਿਊ ਦੇਣਾ ਸੀ ਉਹ ਵੀ ਨਹੀਂ ਸੀਗਾ, ਇਸ ਕਰਕੇ ਇੱਥੇ ਤਾਂ ਇੰਟਰਵਿਊ ਨਹੀਂ ਲਏ ਹੋਇਆ। ਉੱਤੇ ਜਾ ਕੇ ਜੋ ਗੁਰਦੁਆਰਾ ਵਾ ਉੱਥੇ ਇੱਕ ਬਾਬਾ ਜੀ ਨੇ ਇੰਟਰਵਿਊ ਦਿੱਤਾ ਸੀ, ਉਹ ਤੁਹਾਨੂੰ ਸੁਣਾਵਾਂਗੇ, ਉਹਨਾਂ ਤੋਂ ਇਤਿਹਾਸ ਵੀ ਸੁਣ ਲਿਓ। ਇੱਥੇ ਚਿਮਟੇ ਵੀ ਲੱਗਦੇ, ਇੱਥੇ ਕੱਪੜੇ ਪਾ ਕੇ ਹੀ ਨਹਾਉਂਦੇ ਆ। ਅਤੇ ਇੱਕ ਹੋਰ ਗੱਲ ਮੈਂ ਦੱਸਣਾ ਚਾਹੁੰਦਾ ਕਿ ਜੋ ਪੂਰਨਮਾਸੀ ਦੀ ਰਾਤ ਹੁੰਦੀ ਹੈ, ਪੁੰਨਿਆਂ ਦੀ ਰਾਤ, ਉਸ ਟਾਈਮ ਇੱਥੇ ਭੂਤ ਕੱਢੇ ਜਾਂਦੇ ਨੇ। ਇੱਕ ਹੋਰ ਮੰਦਰ ਆ, ਉਹ ਤੁਹਾਨੂੰ ਲਾਸਟ ਵਿੱਚ ਦਿਖਾਊਂਗਾ, ਉੱਥੇ ਵੀ ਸੇਮ ਸਿਸਟਮ ਆ। ਵੈਸੇ ਵੀ ਇੱਥੇ ਜੋ ਪ੍ਰੋਸੈਸ ਆ ਆਮ ਤੌਰ 'ਤੇ ਤਾਂ ਉਹੀ ਹੁੰਦਾ, ਲੇਕਿਨ ਪੁੰਨਿਆਂ ਦੀ ਰਾਤ ਨੂੰ ਵੀ ਇੱਥੇ ਲੋਕ ਆਉਂਦੇ ਨੇ, ਉੱਦਾਂ ਦੇ ਬੰਦੇ ਕਸਰ ਵਾਲੇ। ਦੋਸਤੋ ਉੱਤੇ ਮੇਨ ਇੱਕ ਨਾਰ ਸਿਉਂ ਦਾ ਗੁਰਦੁਆਰਾ ਵਾ, ਨਾਰ ਸਿਉਂ ਜੀ ਦਾ, ਉੱਥੇ ਵੀ ਜਾਣਾ ਵਾ। ਉੱਠ ਗਈ ਤਾਂ ਦੋਸਤੋ ਇਹ ਆ ਗਿਆ ਗੁਰਦੁਆਰਾ ਬਾਬਾ ਮੰਜੀ, ਗੁਰਦੁਆਰਾ ਮੰਜੀ ਸਾਹਿਬ, ਮੰਜੀ ਸਾਹਿਬ। ਆਹ ਦੇਖੋ ਕਿੰਨੀ ਮਾਰਕੀਟ ਹੈ ਇੱਥੇ, ਕਿੰਨੀ ਵਧੀਆ ਫੋਟੋਆਂ ਰੱਖੀਆਂ ਪਈਆਂ। ਰਸ਼ ਨਹੀਂ ਹੈਗਾ ਅੱਜ, ਇਹ ਭਾਅ ਜੀ ਇੱਧਰ ਦੋਸਤੋ ਦੇਖ ਲੈਂਦੇ ਹਾਂ, ਕਿਤੇ ਸਾਰੀ ਉਮਰ ਠੀਕ ਰਹੇ ਅਤੇ ਇੱਥੇ ਆ ਕੇ ਭੂਤ ਨਿਕਲ ਜੇ, ਕੁਛ ਹੋ ਜਾਵੇ ਇੱਥੇ ਆ ਕੇ। ਉਹ ਪਤਾ ਹੀ ਅੱਜ ਲੱਗਿਆ ਵੀ ਹੈ ਭੂਤ ਸੀ ਅੰਦਰ। ਹਾਂ ਖੁਸ਼ਬੂ ਬੜੀ ਵਧੀਆ ਆ ਰਹੀ ਹੈ, ਲੰਗਰ ਲੁੰਗਰ ਪੱਕ ਰਿਹਾ। ਆਹ ਦੇਖੋ ਦੋਸਤੋ ਪਹਾੜ ਦੇ ਉੱਤੇ ਹੈਗਾ ਇਹ, ਹਿਮਾਚਲ 'ਚ ਪੈ ਜਾਂਦਾ ਇਹ, ਉਨਾ 'ਚ ਪੈ ਜਾਂਦਾ ਭਾਅ ਜੀ ਇਹ, ਭਾਅ ਜੀ ਪਹਿਲਾਂ ਹੀ ਆ ਚੁੱਕਿਆ। ਖਾਲੀ ਜਿਹਾ ਸ਼ਾਂਤ ਏਰੀਆ ਵਾ ਦੋਸਤੋ, ਬਹੁਤ ਵਧੀਆ ਲੱਗਿਆ। ਉਹ ਦੇਖੋ ਇਹ ਦੋਸਤੋ ਬੇਰੀ ਸਾਹਿਬ ਆ, ਇੱਥੇ ਕੀ ਹੋਇਆ ਸੀ ਭਾਅ ਜੀ? ਇਹ ਖਾਸ ਹਿਸਟਰੀ ਮੈਨੂੰ ਪਤਾ ਨਹੀਂ ਹੈ, ਲੇਕਿਨ ਬੋਲਿਆ ਜਾਂਦਾ ਕਿ ਇੱਥੇ ਬਾਬਾ ਜੀ ਨੇ ਬੇਰ ਖਾ ਕੇ ਸੁੱਟੇ ਸੀ, ਬਸ ਇੰਨਾ ਕੀ ਪਤਾ, ਬਾਕੀ ਨੋਟ ਸ਼ੋਰ ਮੈਨੂੰ। ਉਹ ਭਾਅ ਜੀ ਵੀ ਆ ਗਏ ਆਪਣੇ ਜਿਹੜੇ ਉੱਧਰ ਗਏ ਸੀ ਨਾਲ। ਹਾਂਜੀ ਹਾਂਜੀ, ਇਹਨਾਂ ਨੂੰ ਪਤਾ ਹੋਊਗਾ, ਜਿਹੜੇ ਉਹਨਾਂ ਨੂੰ ਪੁੱਛ ਲਓ।
ਜਿਹੜੇ ਅੰਮ੍ਰਿਤਸਰ ਤੋਂ ਆਏ ਸੀ। ਮੈਨੂੰ ਲੱਗਿਆ ਤੁਸੀਂ ਕਹਿ ਰਹੇ ਹੋ ਆ ਗਈ ਪੂਤਨੀ, ਆ ਗਈ ਪੂਤਨੀ, ਆ ਦੇਖੋ ਦੋਸਤੋ ਮਾਇਆ ਮਾਇਆ ਪਈ ਹੈ ਵਿੱਚ। ਹਾਂਜੀ ਸਤਿ ਸ਼੍ਰੀ ਅਕਾਲ ਬਾਬਾ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਸਾਨੂੰ ਕੀਮਤੀ ਸਮਾਂ ਦੇਣ ਲਈ। ਹਾਂਜੀ ਹਾਂਜੀ। ਅਤੇ ਜੀ ਇੱਦਾਂ ਇੱਥੇ ਜਿੰਨੇ ਵੀ ਗੁਰਦੁਆਰੇ ਹੈਗੇ ਨੇ ਹਾਂਜੀ, ਜਿਹੜੇ ਬਾਬਾ ਪੜਭਾਗ ਜੀ, ਇਹਨਾਂ ਦਾ ਇਤਿਹਾਸ ਸਾਨੂੰ ਦੱਸਿਓ ਅਤੇ ਕਿੰਨੇ ਗੁਰਦੁਆਰੇ ਨੇ ਬਾਕੀ? ਇੱਥੇ ਆ ਜੀ ਤਿੰਨ ਗੁਰਦੁਆਰੇ ਆ ਜੀ 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 ਇਤਿਹਾਸਕ। ਇਹ ਗੁਰਦੁਆਰਾ ਬੇਰੀ ਸਾਹਿਬ, ਇੱਥੇ ਬਾਬਾ ਵਡਭਾਗ ਸਿੰਘ ਸਭ ਤੋਂ ਪਹਿਲਾਂ ਇਸ ਬੇਰੀ ਥੱਲੇ ਆਏ ਸੀ। ਇਸ ਬੇਰੀ ਤੋਂ ਥੱਲੇ ਨਾਰ ਸਿੰਘ ਰਾਖਸ ਰਹਿੰਦਾ ਹੁੰਦਾ ਸੀ, ਜਿਹਨੂੰ ਬਾਬਾ ਜੀ ਨੇ ਆਪਣੀ ਸ਼ਕਤੀ ਦੁਆਰਾ ਕੀਲ ਕੇ ਅਤੇ ਪਿੰਜਰੇ 'ਚ ਪਾ ਕੇ ਉਹਨੂੰ ਈਦ ਬਣਾਈ ਦੀ ਹੈ ਵੀ ਜਿਹਨੂੰ ਵੀ ਕੋਈ ਓਪਰੀ ਕਸਰ ਹੋਏਗੀ ਤੂੰ ਕੱਢਿਆ ਕਰੇਗਾ ਅਤੇ ਉਹਦੀ ਡਿਊਟੀ ਤੌੜੀ ਤਾਰ ਲਾਈ ਹੈ। ਇੱਥੇ 17 ਸਾਲ ਅਤੇ 8 ਮਹੀਨੇ ਬਾਬਾ ਜੀ ਨੇ ਬੰਦਗੀ ਕੀਤੀ ਹੈ। ਇਹ ਬਾਬਾ ਜੀ ਸਮਾਧ, ਇੱਥੇ ਇਹਨਾਂ ਨੇ ਪੁਰਾਤਨ ਸਰੀਰ ਆਪਣਾ ਛੱਡਿਆ। ਹਾਂਜੀ ਹਾਂਜੀ। ਅਤੇ ਜੀ ਜਿਹੜੇ ਹੋਰ 1-2-3 ਹੋਰ ਹੈਗੇ ਗੁਰਦੁਆਰੇ ਜਿੱਥੋਂ ਥੱਲੇ ਵੀ, ਹਾਂਜੀ ਜਿੱਥੇ ਜਿੱਥੋਂ ਅਸੀਂ ਆਏ ਹਾਂ ਹੁਣ, ਇਹ ਮੰਜੀ ਸਾਹਿਬ ਹੈ, ਇਹ ਬਾਬਾ ਜੀ ਦਾ ਘਰ ਹੁੰਦਾ ਰਿਹਾ ਜੀ। ਅੱਛਾ ਜੀ। ਹਾਂਜੀ ਹਾਂਜੀ। ਅਤੇ ਪੁਰਾਤਨ ਉਹੀ ਜਿੱਥੇ ਨਵੀਰ ਨਾਲ ਸਿੰਘ ਦੀ ਲਾਈ ਹੈ ਤੌਲੀਧਾਰ ਡਿਊਟੀ, ਹਾਂਜੀ ਹਾਂਜੀ, ਉਹ ਪੁਰਾਤਨ ਤੌਲੀਧਾਰ ਹੈ। ਅਤੇ ਕੁੱਜਾ ਸਾਰਾ ਜਿੱਥੇ ਬਾਬਾ ਜੀ ਨਿਤਨੇਮ ਕਰਦੇ ਹੁੰਦੇ। ਅੱਛਾ ਅੱਛਾ। ਅਤੇ ਇੱਕ ਜਗ੍ਹਾ ਮੰਨਿਆ ਜਾਂਦਾ ਕਿ ਭੂਤ ਉੱਥੇ ਬੰਨੇ ਹੋਏ ਨੇ, ਜਿਹੜਾ ਕੋਈ ਆਉਂਦਾ ਜਿਹਨੂੰ ਕਸਰ ਹੈਗੀ ਆ ਉਹ ਉੱਥੇ ਸਹੀ ਹੋ ਜਾਂਦਾ? ਉਹ ਤੌਲੀਧਾਰ ਸਥਾਨ ਹੈ ਜੀ, ਉੱਥੇ ਬੰਨੇ ਹੋਏ ਭੂਤ ਨਾ ਸਾਰੇ? ਨਹੀਂ, ਭੂਤ ਉੱਥੇ ਉੱਦਾਂ ਹੀ ਬੰਨਦੇ ਆ ਉੱਥੇ, ਯਾਨੀ ਕਿ ਉੱਪਰੀਆਂ ਕਸਰਾਂ ਉੱਥੇ ਠੀਕ ਹੁੰਦੀਆਂ। ਹਾਂ, ਮਤਲਬ ਉੱਥੇ ਫਿਰ ਕੈਦ ਹੋ ਜਾਂਦੇ ਕੁਛ ਇੱਦਾਂ ਮੰਨਿਆ? ਹਾਂਜੀ 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 ਹਾਂਜੀ। ਹਾਂ, ਮਤਲਬ ਮੰਨਿਆ ਜਾਂਦਾ ਵੀ ਕੈਦ ਹੋ ਜਾਂਦੇ ਭੂਤ? ਹਾਂਜੀ ਹਾਂਜੀ ਹਾਂਜੀ, ਕਸਰ ਹੋ ਜਾਂਦੀ। ਹਾਂਜੀ ਹਾਂਜੀ ਹਾਂਜੀ। ਅਤੇ ਇੱਧਰ ਨੂੰ ਇੱਕ ਹੋਰ ਭਾਜੀ ਦੱਸ ਰਹੇ ਸੀਗੇ, ਉੱਧਰ ਨੂੰ ਕੁੱਜਾ ਸਰ ਗੁਰਦੁਆਰਾ ਜਿੱਥੇ ਬਾਬਾ ਜੀ ਨਿਤਨੇਮ ਕਰਦੇ, ਇਸ਼ਨਾਨ ਕਰਦੇ। ਜਿਹੜਾ ਇੱਕ ਰਾਕਸ਼ਸ ਦੇ ਨਾਮ ਦੇ ਉੱਤੇ ਵੀ ਹੈਗਾ ਗੁਰਦੁਆਰਾ ਨਾ? ਰਾਕਸ਼ ਦੇ ਨਾਂ 'ਤੇ ਨਹੀਂ ਕੋਈ ਗੁਰਦੁਆਰਾ, ਰਾਕਸ਼ ਇੱਥੇ ਕਾਬੂ ਕੀਤਾ ਸੀ ਇਸ ਬੇਰੀ ਦੇ ਥੱਲੇ। ਅੱਛਾ, ਇਸ ਬੇਰੀ ਦੇ ਥੱਲੇ? ਹਾਂਜੀ ਹਾਂਜੀ। ਇਹਦਾ ਇਹ ਇਤਿਹਾਸ ਆ ਬੇਰੀ ਦਾ? ਹਾਂਜੀ ਹਾਂਜੀ। ਠੀਕ ਹੈ ਠੀਕ ਹੈ ਠੀਕ ਹੈ। ਅਤੇ ਬਾਕੀ ਹੋਰ ਇਤਿਹਾਸ ਜੇ ਕੋਈ ਯਾਦ ਆਉਂਦਾ ਕੋਈ ਜੋ ਰਹਿ ਗਿਆ ਹੋਵੇ? ਇਹੀ ਹੈ, ਇਸ ਦਾ ਇਹੀ ਇਤਿਹਾਸ ਹੈ ਜੀ। ਠੀਕ ਹੈ ਜੀ। ਹਾਂਜੀ ਹਾਂਜੀ। ਇਹ ਗੁਰੂ ਅਰਜਨ ਦੇਵ ਦੀ 8ਵੀਂ ਪੀੜ੍ਹੀ 'ਚ ਹੋਇਆ ਜੀ ਬਾਬਾ ਵਡਭਾਗ ਸਿੰਘ। ਅੱਛਾ, ਗੁਰੂ ਅਰਜਨ ਦੇਵ। ਹਾਂਜੀ ਹਾਂਜੀ। ਠੀਕ ਹੈ ਜੀ ਠੀਕ। ਹਾਂਜੀ। ਬਾਬਾ ਜੀ ਦਾ ਨਗਰ ਸੀ ਜਿਹੜਾ ਕਰਤਾਰਪੁਰ ਸੀ, ਕਰਤਾਰਪੁਰ ਚੱਲ ਕੇ ਇੱਥੇ ਆਏ ਜੀ। ਹਾਂਜੀ ਹਾਂਜੀ ਹਾਂਜੀ। ਠੀਕ, ਇਹੀ ਇਤਿਹਾਸ ਇਸ ਜਗ੍ਹਾ ਦਾ ਜੀ। ਠੀਕ ਹੈ, ਬਹੁਤ ਧੰਨਵਾਦ ਜੀ ਤੁਹਾਡਾ। ਠੀਕ ਹੈ ਜੀ ਠੀਕ। ਹੁਣ ਦੋਸਤੋ ਆਪਾਂ ਜਾ ਰਹੇ ਹਾਂ ਬਹੁਤ ਇੱਕ ਖਤਰਨਾਕ ਜਗ੍ਹਾ। ਇਹ ਦੋਸਤੋ ਸੁਨਸਾਨ ਜਿਹਾ ਹੀ ਪਿਆ, ਖਾਲੀ ਖਾਲੀ, ਇੱਥੇ ਕੋਈ ਨਹੀਂ ਆਉਂਦਾ। ਬਾਕੀ ਦੇਖਦੇ ਅੰਦਰ ਜਾ ਕੇ। ਆਹ ਦੇਖੋ ਦੋਸਤੋ, ਪੁਰਾਣੇ ਪੁਰਾਣੇ ਘਰ। ਆਹ ਦੇਖੋ, ਥੋੜ੍ਹਾ ਜਿਹਾ ਚੜ੍ਹਾਈ ਚੜ੍ਹ ਕੇ ਆ, ਸਭ ਕੁਝ ਬੰਦ ਪਿਆ ਇੱਥੇ। ਆਹ ਦੇਖੋ ਕਿੰਨੀ ਪੁਰਾਣੇ ਹੱਟ ਆ। ਤਾਂ ਦੋਸਤੋ ਇੱਥੇ ਪਿੰਡ ਆ ਗਿਆ ਵੀ ਕੋਈ, ਬਹੁਤ ਵਧੀਆ ਪਿੰਡ ਆ, ਵਿੱਚ ਆ ਗਏ ਪਿੰਡ ਦੇ ਅਸੀਂ। ਵਿਲੇਜ ਆ ਇੱਕ ਪਹਾੜੀ। ਆਹ ਦੋਸਤੋ ਆ ਗਿਆ ਬਾਬਾ ਨਾਰ ਸਿੰਘ ਜੀ ਗੁਰਦੁਆਰਾ। ਹੁਣ ਬਚ ਕੇ ਥੋੜ੍ਹਾ ਧਿਆਨ ਨਾਲ ਨਾ, ਆਹ ਦੇਖੋ ਖੜ੍ਹੇ ਨੇ। ਹੁਣ ਬਚ ਕੇ ਥੋੜ੍ਹਾ ਧਿਆਨ ਨਾਲ, ਦਿਲ ਥਾਮ ਕੇ ਬੈਠੇ ਹਾਂ। ਕਿੱਥੋਂ ਵੀ ਆ ਸਕਦੀ ਭਾਈ ਇੱਥੇ, ਪ੍ਰੇਤ ਸ਼ਕਤੀ ਜਿੱਦਾਂ ਆ ਕੇ ਵਿੱਚ ਵੜ ਸਕਦੀ ਹੈ।
ਧਿਆਨ ਨਾਲ ਦੋਸਤੋ, ਡਰ ਲੱਗਦਾ। ਆਹ ਦੇਖੋ ਆਵਾਜ਼ਾਂ ਆ ਰਹੀਆਂ। ਆਹ ਦੇਖੋ ਕਾਲੇ ਖੜ੍ਹਾ ਦੋਸਤੋ, ਦੱਸਦੇ ਤੁਹਾਨੂੰ ਇਹਦੇ ਬਾਰੇ। ਕੋਈ ਨਹੀਂ ਕੋਈ ਨਹੀਂ, ਉਹ ਬਲਰ ਹੋ ਗਿਆ। ਓਹੋ ਹੋ ਹੋ, ਬਹੁਤ ਖਤਰਨਾਕ ਚੀਜ਼ ਆ ਦੋਸਤੋ। ਆਹ ਦੇਖੋ ਇਹ ਰਾਕਸ਼ਸ ਸੀਗਾ, ਜੈ ਬਾਬਾ ਵੀਰ ਨਾਰ ਸਿੰਘ ਜੀ, ਜੈ ਮਾਤਾ ਕਾਲੀ ਜੀ। ਦਿਲ ਥਾਮ ਕਰ ਬੈਠੇ, ਦਿਲ ਕੀ ਧੜਕਣੇ ਤੇਜ਼ ਹੋ ਰਹੀ ਹੋਊਗੀ ਆਪਕੀ। ਉਸ ਤੋਂ ਗੱਲ ਹੋਈ ਆ ਅਤੇ ਉਹ ਆ ਰਹੇ ਨੇ। ਆਹ ਦੇਖੋ ਦੋਸਤੋ, ਭਾਜੀ ਡਰ ਗਏ, ਬਾਹਰ ਬਹਿ ਗਏ, ਇਹਦਾ ਨਹੀਂ ਆ ਰਹੇ ਅੰਦਰ। ਮਜ਼ਾਕ ਕਰ ਰਹੇ, ਮਜ਼ਾਕ ਕਰ ਰਹੇ। ਦੋਸਤੋ ਇੱਕ ਹੋਰ ਆ, ਇੱਕ ਹੋਰ ਨੇ, ਜੈ ਬਾਬਾ ਬਰਦਰੀ ਨਾਥ ਜੀ। ਬੱਚਿਆਂ ਦਾ ਬਹੁਤ ਸਿਸਟਮ ਆ, ਬੱਚਿਆਂ ਦਾ ਵੀ ਕੋਈ ਚੱਕਰ ਆ ਇੱਥੇ। ਆਹ ਦੇਖੋ ਇਹ ਵੀ ਕੋਈ, ਆਹ ਦੇਖੋ ਇਹ ਵੀ ਹੈਗਾ, ਹੋਊਗਾ ਕੋਈ ਸਿਸਟਮ ਹੋਊਗਾ ਇਹ ਵੀ। ਚਲੋ ਤਪ ਸਥਾਨ ਬਾਬਾ ਇੱਥੇ ਵੀ ਹੈਗਾ ਭਾਈ, ਇੱਧਰ ਵੀ ਹੈਗਾ, ਜਾਣਾ ਇੱਧਰ।